ਇਹ ਗੁਰੂ ਨਾਨਕ ਮੋਦੀ ਖਾਨਾ ਪਿਛਲੇ ਮਹੀਨੇ 17 ਮਈ ਨੂੰ ਇਹਦੀ ਓਪਨਿੰਗ ਹੋਈ ਸੀ ਜੀ। 17 ਮਈ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ 5 ਪਿਆਰਿਆਂ ਵੱਲੋਂ ਅਰਦਾਸ ਕੀਤੀ ਗਈ ਅਤੇ ਉਸ ਤੋਂ ਬਾਅਦ ਇੱਥੇ ਇਨੋਗਰੇਸ਼ਨ ਹੋਈ ਜੀ। ਇਹ ਕੰਸੈਪਟ ਕਿਸੇ ਬੰਦੇ ਦਾ ਨਹੀਂ, ਗੁਰੂ ਨਾਨਕ ਸਾਹਿਬ ਦਾ ਬਣਾਇਆ। ਸੱਚੇ ਪਾਤਸ਼ਾਹ ਨੇ ਸੁਲਤਾਨਪੁਰ ਲੋਧੀ 'ਚ ਨਵਾਬ ਦੌਲਤ ਖਾਂ ਦੇ ਸਰਕਾਰੀ ਰਾਸ਼ਨ ਡਿਪੂ 'ਤੇ 15 ਸਾਲ ਉੱਥੇ ਰਹੇ ਆ, ਕਿਰਤ ਕੀਤੀ ਹੈ ਅਤੇ ਉਹ ਜਿਹੜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੰਦੇਸ਼ ਹੈ, ਸੱਚੇ ਪਾਤਸ਼ਾਹ ਨੇ ਉੱਥੇ 13-13 ਤੋਲਿਆ, ਉਸ ਕੰਸੈਪਟ ਨੂੰ ਅਸੀਂ ਆਪਣੇ ਰੂਪ 'ਚ ਅਮਲੀ ਆਪਣੇ ਜੀਵਨ 'ਚ ਅਮਲੀ ਰੂਪ ਦੇ ਰਹੇ ਹਾਂ। ਸਾਨੂੰ ਦੇਖੋ ਜਿਹੜੀ ਸੰਗਤ ਇੱਥੇ ਤਾਂ ਪੰਜਾਬ 'ਚੋਂ ਆ ਰਹੀ ਹੈ, ਪਿੰਡਾਂ 'ਚੋਂ ਬਹੁਤ ਲੋਕ ਆ ਰਹੇ ਆ, ਸ਼ਹਿਰਾਂ 'ਚੋਂ ਬਹੁਤ ਆ ਰਹੇ ਆ, ਚੰਡੀਗੜ੍ਹ ਤੋਂ ਵੀ ਸੰਗਤ ਆਈ ਹੈ, ਜਿਨ੍ਹਾਂ ਨੂੰ ਪਤਾ ਲੱਗਦਾ ਸਸਤੀ ਦਵਾਈ ਮਿਲ ਰਹੀ ਆ, ਬਿਨਾਂ ਕਮਾਈ ਤੋਂ ਦੇ ਰਹੇ ਆ, ਬਿਨਾਂ ਲੁੱਟ ਖਸੁੱਟ ਤੋਂ ਦੇ ਰਹੇ ਆ, ਆਲ ਓਵਰ ਪੰਜਾਬ 'ਚੋਂ ਸੰਗਤ ਇੱਥੇ ਪਹੁੰਚ ਰਹੀ ਹੈ। ਪਤਾ ਲੱਗਿਆ ਵੀ ਦੁਕਾਨ ਨੂੰ ਬੰਦ ਕਰਾਉਣ ਵਾਸਤੇ ਵੀ ਕੁਝ ਲੋਕ ਬਹੁਤ ਬਹੁਤ ਤਰਲੋ ਮੱਛੀ ਹੋਇਆ ਪਿਆ ਜੀ, ਬਹੁਤ ਜਿਹੜੇ ਲੋਕ ਲੁੱਟ ਖਸੁੱਟ ਕਰਦੇ ਆ, 10 ਵਾਲੀ ਚੀਜ਼ ਨੂੰ 100 'ਚ ਵੇਚਦੇ ਆ, ਉਹਨਾਂ ਦੀ ਤਾਂ ਨੀਂਦ ਹਰਾਮ ਹੋਈ ਪਈ ਆ ਕਿ ਸਾਡੀ ਕਮਾਈ ਬੰਦ ਕਰਤੀ, ਸਾਡਾ ਮੁਨਾਫਾ ਖਤਮ ਕਰਤਾ। ਇੱਦਾਂ ਨਹੀਂ, ਇਹ ਰੋਜ਼ ਆਪਣੀਆਂ ਗੱਲਾਂ ਕਰਦੇ ਸੀ, ਲੋਕਾਂ ਨੂੰ ਅਵੇਅਰ ਨਹੀਂ ਸੀ ਕਰਦੇ। ਅਸੀਂ ਲੋਕਾਂ ਨੇ ਇੱਥੇ ਇੱਕ ਅਵੇਅਰਨੈਸ ਡਰਾਈਵ ਚਲਾਈ ਆ। ਸੇਵਾ ਦਾ ਮੰਤਵ ਹੈ, ਸੇਵਾ ਇਹ ਹੈ ਵੀ ਇੱਕ ਗੱਲ ਹੁੰਦੀ, ਜੇ ਮੈਂ ਇਕੱਲੀ ਗੱਲ ਕਰਦਾ ਵੀ ਯਾਰ ਇਹ ਗਲਤ ਆ ਇਹ ਠੀਕ ਆ, ਫਿਰ ਪਤਾ ਕੀ ਕਹਿਣਾ ਸੀ ਵੀ ਗੱਲਾਂ ਕਰਦੇ ਆ, ਕੰਮ ਕਰਕੇ ਦਿਖਾਓ। ਅਸੀਂ ਪਹਿਲਾਂ 1.5 ਮਹੀਨਾ ਕੰਮ ਕਰਕੇ ਵਿਖਾਇਆ, ਪੰਨਿਓ ਪੈਸੇ ਲਾ ਕੇ ਇੱਥੇ ਦੁਕਾਨ ਖੋਲ੍ਹੀ, ਸੰਗਤ ਦਾ ਸਹਿਯੋਗ ਲਿਆ, ਸੰਗਤ ਨੇ 1-1 ਰੁਪਈਆ ਦਸਵੰਧ ਦਾ ਦਿੱਤਾ, ਉਹਦੇ ਨਾਲ ਖਰਚਾ ਕੱਢਿਆ, ਦਵਾਈਆਂ ਰੇਟ ਟੂ ਰੇਟ ਦਿੱਤੀਆਂ, 13-13 ਕੰਸੈਪਟ ਚਲਾਇਆ। 1 ਮਹੀਨਾ 5 ਦਿਨ ਚਲਾਉਣ ਤੋਂ ਬਾਅਦ ਜਦੋਂ ਲੁੱਟ ਸਾਹਮਣੇ ਆਈ ਤਾਂ ਸੰਗਤ ਦੀ ਉਜਾਗਰ ਕਰਤੀ, ਜੋ ਗੁਰੂ ਨਾਨਕ ਸਾਹਿਬ ਨੇ ਜੀਵਨ 'ਚ ਕੀਤਾ ਅਸੀਂ ਤਾਂ ਉਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਸਾਡਾ ਸਹਿਯੋਗ ਕਰੇ, ਸਾਨੂੰ ਤੇ ਰਿਕਾਰਡਿੰਗਾਂ ਵੀ ਆ ਗਈਆਂ ਵੀ ਸਾਡੀ ਸੰਗੀ ਨੱਪਣੀ ਹੈ, ਸਾਡੇ ਤੇ ਹਮਲੇ ਵੀ ਕਰਨੇ ਆ, ਸਾਰੀਆਂ ਰਿਕਾਰਡਿੰਗਾਂ ਆ ਗਈਆਂ ਵੀ ਜੇ ਇਹਨਾਂ ਨੂੰ ਸੰਗੀ ਨਾ ਨੱਪੀ ਇਹ ਸਾਡਾ ਕੰਮ ਬੰਦ ਕਰਾਉਣਗੇ ਲੁੱਟ ਖਸੁੱਟ ਦਾ, ਤੇ ਪ੍ਰਸ਼ਾਸਨ ਤੇ ਸਾਡੀ ਸੁਣਵਾਈ ਕਰ ਹੀ ਨਹੀਂ ਰਿਹਾ। ਸਾਨੂੰ ਕਿਸੇ ਅਫਸਰ ਨੇ ਬੁਲਾ ਕੇ ਨਹੀਂ ਪੁੱਛਿਆ ਵੀ ਭਾਈ ਤੁਹਾਨੂੰ ਕੀ ਤਕਲੀਫ ਹੋਈ ਹੈ। ਇੱਥੇ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਤੁਹਾਨੂੰ ਸਾਰਿਆਂ ਨੂੰ, ਕੋਵਿਡ-19 ਜ਼ਿਆਦਾ ਲੋਕਡਾਊਨ ਲੱਗਾ, ਤੁਸੀਂ ਸਾਡੀ ਐਕਟੀਵਿਟੀ ਨੋਟ ਕਰ ਲਓ। ਇਹ ਵੈਲਫੇਅਰ ਕੌਂਸਲ 24 ਮਾਰਚ ਤੋਂ ਸੰਗਤਾਂ ਦੀ ਸੇਵਾ ਦੇ ਵਿੱਚ ਲੱਗੀ ਹੈ 24 ਮਾਰਚ ਤੋਂ, ਅਤੇ ਅੱਜ ਤੱਕ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਬੁਲਾ ਕੇ ਇੱਕ ਵਾਰ ਇਹ ਨਹੀਂ ਪੁੱਛਿਆ ਵੀ ਤੁਸੀਂ ਸੇਵਾ ਕਰ ਰਹੇ ਜੇ ਕੋਈ ਤਕਲੀਫ ਤਾਂ ਨਹੀਂ ਆਈ, ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਤਾਂ ਨਹੀਂ, ਕਿਸੇ ਸਰਕਾਰ ਤੋਂ 1 ਰੁਪਏ ਵੀ ਅਸੀਂ ਮਦਦ ਨਹੀਂ ਲਈ, ਸੰਗਤਾਂ ਤੋਂ ਪੈਸੇ ਮੰਗ ਮੰਗ ਕੇ ਸੇਵਾਵਾਂ ਕਰ ਰਹੇ ਹਾਂ ਅਸੀਂ। ਸੋ ਮੇਰੀ ਇਹ ਬੇਨਤੀ ਹੈ ਕਿ ਪ੍ਰਸ਼ਾਸਨ ਦਾ ਫਰਜ਼ ਬਣਦਾ ਜਿਹੜੇ ਨੌਜਵਾਨ ਚੰਗੀ ਗੱਲ ਕਰਦੇ ਆ, ਮਨੁੱਖਤਾ ਦੀ ਗੱਲ ਕਰਦੇ ਆ, ਸੇਵਾ ਦੀ ਗੱਲ ਕਰਦੇ ਆ, ਯਾਰ ਘੱਟੋ ਘੱਟ ਉਹਨਾਂ ਨੂੰ ਬੁਲਾਓ ਤਾਂ ਸਹੀ, ਉਹਨਾਂ ਦੀ ਗੱਲ ਤਾਂ ਸੁਣੋ ਘੱਟੋ ਘੱਟ। ਸੋ ਉਹ ਫਰਜ਼ ਨਹੀਂ ਨਿਭਾ ਰਹੇ, ਇਸ ਕਰਕੇ ਅਸੀਂ ਤਾਂ ਆਸ ਇਹੀ ਕਰਦੇ ਹਾਂ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਚੰਗੇ ਕੰਮ ਕਰਨ ਵਾਲਿਆਂ ਨੂੰ ਐਪਰੀਸ਼ੀਏਟ ਕਰੇ, ਪਰ ਕੋਆਪਰੇਟ ਜ਼ਰੂਰ। ਦੇਖਿਆ ਮੈਂ, ਚਲੋ ਕੋਈ ਮੈਂ ਹਾਲੇ ਦਵਾਈ ਨਹੀਂ ਲੈਣੀ, ਮੈਂ ਇਕੱਲੇ ਇੱਥੇ ਆਇਆ, ਚਲੋ ਮਾਸਕ ਸੈਨੇਟਾਈਜ਼ਰ ਜਿਹੜੀ ਕਿ ਬਾਹਰ ਇੰਨੀ ਮਹਿੰਗੀਆਂ ਮਿਲਦੀਆਂ ਨੇ, ਅਸੀਂ ਘੱਟੋ ਘੱਟ ਮਾਸਕ ਸੈਨੇਟਾਈਜ਼ਰ ਰੈਗੂਲਰ ਯੂਜ਼ ਵਾਸਤੇ ਸਾਨੂੰ ਜ਼ਰੂਰਤ ਆ, ਅਸੀਂ ਉਹ ਘੱਟੋ ਘੱਟ ਇੱਥੇ ਲੈ ਕੇ ਜਾਈਏ। ਅਤੇ ਅਸੀਂ ਦੇਖਿਆ ਵੀ ਜਿਹੜੀ 1,000-1,200 ਰੁਪਏ ਦਵਾਈਆਂ ਬਾਹਰ ਮਿਲਦੀਆਂ ਨੇ, ਦੱਸ ਰਹੇ ਨੇ ਜਿਵੇਂ 300-300 ਦੀ ਖਰੀਦ ਪੈ ਰਹੀ ਆ, ਅਤੇ ਮੈਡੀਕਲ ਮਾਫੀਆ ਸਾਰੇ ਰਲ ਮਿਲ ਕੇ ਜਿਹੜੇ ਕਮਾ ਰਹੇ ਨੇ, ਵੀ ਪਤਾ ਕਿਹਨੂੰ ਨਹੀਂ ਹੈਗਾ, ਸਾਰਿਆਂ ਨੂੰ ਪਤਾ ਵਾ, ਸਾਡੇ ਨੇਤਾ ਜਿਹੜੇ ਵੀ ਸਾਡੇ ਮੰਤਰੀ ਨੇ, ਸਾਡੀ ਸਰਕਾਰ ਆ, ਸਾਰਿਆਂ ਨੂੰ ਪਤਾ ਜਿਹੜੇ ਇੰਨੇ ਇਸ ਰੇਟ 'ਤੇ ਮਿਲ ਰਹੀਆਂ ਨੇ, ਅਤੇ ਉਹਨਾਂ ਦਾ ਕੀ ਹੱਕ ਨਹੀਂ ਬਣਦਾ ਵੀ ਘੱਟੋ ਘੱਟ ਤੁਸੀਂ ਜਾਇਜ਼ ਰੇਟ ਲੈ ਲਓ ਯਾਰ, ਕਮਾ ਲਓ 10% ਕਮਾ ਲਓ, 20% ਕਮਾ ਲਓ, 70-80% ਤੁਸੀਂ ਕਮਾ ਰਹੇ ਹੋ, ਕਿਹੜੇ ਸ਼ਰਮ ਮਾਰੋ ਯਾਰ। ਇਹ ਲੋਕਾਂ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਪੈਸਾ ਹੈਗਾ ਯਾਰ, ਦੱਸੋ ਵਿਚਾਰੇ ਬਗੈਰ ਦਵਾਈਆਂ ਤੋਂ ਮਰ ਜਾਂਦੇ ਨੇ ਵਿਚਾਰੇ। ਮੋਦੀਖਾਨੇ ਜਾਏ ਇੱਥੇ ਤੁਹਾਨੂੰ ਕਿੱਦਾਂ ਦਾ ਲੱਗਿਆ? ਇੱਥੇ ਆ ਕੇ ਸਰ ਸਾਨੂੰ ਐਂ ਲੱਗ ਰਿਹਾ ਵੀ ਇਹ ਜਿਹੜਾ ਸੰਸਾਰ ਜਿਹੜਾ ਇੱਥੇ ਲੋਕਾਂ ਨੇ ਸੁਸਾਇਟੀ 'ਚ ਗੰਦਖਾਨਾ ਮਚਾਇਆ ਹੋਇਆ, ਉੱਥੇ ਲੱਗ ਰਿਹਾ ਜਿਵੇਂ ਕਿੱਕੜ 'ਚ ਕਮਲ ਦਾ ਫੁੱਲ ਖਿਲ ਗਿਆ ਹੋਵੇ, ਟਿੱਕਰ 'ਚ ਕਮਲ ਦਾ ਫੁੱਲ ਖਿਲ ਗਿਆ ਹੋਵੇ, ਉਸ ਹਿਸਾਬ ਨਾਲ ਲੱਗ ਰਿਹਾ। ਅਸੀਂ ਤਾਂ ਆਏ ਹਾਂ ਵੀ ਇਹਨਾਂ ਦੀ ਸਪੋਰਟ ਵਾਸਤੇ ਆਏ ਹਾਂ ਵੀ ਚਲੋ ਅਸੀਂ ਵੀ ਖੜ੍ਹੇ ਹਾਂ ਜੀ, ਇੱਦਾਂ ਦੀ ਹੋਰ ਦੁਕਾਨਾਂ ਖੁੱਲ੍ਹਣ, ਤਾਂ ਜੇ ਕੋਈ ਇਹਨਾਂ ਨੂੰ ਪਰੇਸ਼ਾਨੀ ਆਵੇ ਅਸੀਂ ਇਹਨਾਂ ਨਾਲ ਪ੍ਰੋਟੈਸਟ 'ਤੇ ਅਸੀਂ ਸ਼ਾਮਿਲ ਹੋਵਾਂਗੇ। ਅਸੀਂ ਇਹਨਾਂ ਨਾਲ, ਕਿਉਂਕਿ ਇਹ ਆਪਣੇ ਲਈ ਨਹੀਂ, ਇਹ ਲੋਕਾਂ ਲਈ ਕਰ ਰਹੇ ਨੇ, ਅਸੀਂ ਇਹਨਾਂ ਦੇ ਨਾਲ ਵੀ ਲੋਕ ਇਹਨਾਂ ਨੂੰ ਦਵਾਉਣ ਦੀ ਕੋਸ਼ਿਸ਼ ਕਰਨਗੇ ਪੂਰੇ ਜੀ, ਪੂਰਾ ਸਾਰਾ ਮੈਡੀਕਲ ਸਟਾਫ ਮਿਲ ਜੂਗਾ, ਸਾਰਾ ਮੈਡੀਕਲ ਜਿੰਨੇ ਮੈਡੀਕਲਸ ਵਾਲੇ ਨੇ, ਦਵਾਈਆਂ ਵਾਲੇ ਨੇ, ਫੈਕਟਰੀਆਂ ਵਾਲੇ ਨੇ, ਜਿਹੜੇ ਜਿਹੜੇ ਪੈਸੇ ਕਮਾਉਂਦੇ ਉਹ ਸਾਰੇ ਇਹਨਾਂ ਦੇ ਐਂਟਰੀ ਹੋ ਜੂਗੇ, ਸਾਨੂੰ ਪਤਾ। ਕਿਉਂਕਿ ਬਾਈ ਜੇ ਇੱਕ ਬੰਦਾ ਸੱਚ ਬੋਲ ਰਿਹਾ ਕਿ ਨਾ ਜਾਣੇ ਕਿੰਨੇ ਲੋਕਾਂ ਨੂੰ ਨੁਕਸਾਨ ਹੋਊਗਾ ਇਹਦਾ, ਕਿਉਂਕਿ ਉਹਨਾਂ ਦੀ ਜੇਬਾਂ ਹੁਣ ਖਾਲੀ ਹੋਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਹੁਣ ਦੇਖੋ ਜੀ ਕਿੰਨੀ ਕੁ ਲਾਈਨ ਲੰਬੀ ਲਾਈਨ ਲੱਗੀ ਹੋਈ ਆ, ਅਸੀਂ ਦੇਖਿਆ
ਅਸੀਂ ਤਾਂ ਆਏ ਸੀਗੇ ਜੀ ਪਤਾ ਨਹੀਂ ਰਸ਼ ਹੋਊਗਾ ਨਹੀਂ ਹੋਊਗਾ, ਅਸੀਂ ਜਾ ਕੇ ਮਾਸਕ ਸੈਨੇਟਾਈਜ਼ਰ ਲੈ ਲਵਾਂਗੇ, ਲੇਕਿਨ ਇੱਥੇ ਦੇਖ ਕੇ ਲੱਗ ਰਿਹਾ ਵੀ ਜਿੰਨੀ ਜਨਤਾ ਇੱਥੇ ਆਈ ਹੋਈ ਆ ਮੈਨੂੰ ਨਹੀਂ ਲੱਗਦਾ ਕਿਸੇ ਮੈਡੀਕਲ ਦੇ ਬਾਹਰ ਇੰਨਾ ਰਸ਼ ਹੋਊਗਾ। ਕਿਉਂ ਹੈਗਾ? ਕਿਉਂਕਿ ਨੋ ਲੋਸ ਨੋ ਪ੍ਰੋਫਿਟ 'ਤੇ ਕੰਮ ਕਰ ਰਹੇ ਨੇ, ਗੁਰੂ ਨਾਨਕ ਦੇਵ ਜੀ ਦੇ ਕਹੇ ਅਨੁਸਾਰ ਚੱਲ ਰਹੇ ਨੇ ਕਿ ਹੋਏ ਆ। ਇਹ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਯਾਰ ਪੰਜਾਬ ਦੇ ਵਿੱਚ ਇਹੋ ਜਿਹੇ ਬੰਦੇ ਵੀ ਬੈਠੇ ਆ ਜਿਹੜੇ ਨੋ ਲੋਸ ਪ੍ਰੋਫਿਟ ਦੇ ਆਪਣੇ ਪੈਸੇ 'ਤੇ ਵੀ ਇਹਨੂੰ ਚਲਾ ਰਹੇ ਆ। ਗਰੀਬ ਬੰਦੇ ਬਹੁਤ ਤੜਪ ਰਹੇ, ਬਾਹਰ ਬਹੁਤ ਬੁਰਾ ਹਾਲ ਹੈ ਲੋਕਾਂ ਦਾ। ਇਹ ਬੰਦਾ ਕਹਿੰਦਾ ਸੀ ਨਾ ਵੀ ਕੁਛ ਬੰਦੇ ਮੇਰੀ ਦੁਕਾਨ ਬੰਦ ਕਰਾਉਣ ਨੂੰ ਵੀ ਫਿਰਦੇ। ਮੈਂ ਅੱਜ ਘਰ ਵਾਲੀ ਨੂੰ ਆਪਣੇ ਨਿਆਣਿਆਂ ਨੂੰ ਵੀ ਕਿਹਾ ਸੀਗਾ ਵੀ ਚਲੋ ਚੱਲੀਏ ਉੱਥੇ, ਉਹਨੂੰ ਸਹਾਰਾ ਦੇ ਕੇ ਆਈਏ ਜਿਹੜਾ ਬੰਦਾ ਇਹੋ ਜਿਹੇ ਕੰਮ ਕਰਦਾ, ਹੈ ਨਾ। ਵੀ ਜੇ ਇਹੋ ਜਿਹੇ ਬੰਦੇ ਦੀ ਲਈ ਯਾਰ ਆਮ ਲੋਕਾਂ ਨੂੰ ਨਿਕਲਣਾ ਚਾਹੀਦਾ। ਜੇ ਬੰਦੇ ਦੀ ਜਿਹੜੀ ਕੱਲ੍ਹ ਨੂੰ ਦੁਕਾਨ ਬੰਦ ਹੁੰਦੀ ਹੈ, ਨਾ ਮੇਰਾ ਭਾਈ ਹੈ ਨਾ ਮੇਰਾ ਬੱਚਾ, ਪਰ ਮੇਰਾ ਇੱਥੇ ਤੱਕ ਦਿਲ ਕਹਿੰਦਾ ਮੈਂ ਖੁਦ ਨੂੰ ਆਤਮ ਹੱਤਿਆ ਕਰ ਲੂੰਗਾ ਜੇ ਇਸ ਬੰਦੇ ਦੇ ਉੱਤੇ ਕੋਈ ਕੱਲ੍ਹ ਨੂੰ ਆ ਜਾਊ। ਇਹੋ ਜਿਹੇ ਯਾਰ ਚੰਗੇ ਬੰਦਿਆਂ ਨੂੰ ਫਿਰ ਨਿਕਲਣਾ ਨਹੀਂ ਹੈਗਾ ਦੁਨੀਆਂ 'ਚ। ਚੰਗਾ ਬੰਦਾ ਤਾਂ ਕੋਈ ਨਿਕਲੂਗਾ ਹੀ ਨਹੀਂ, ਚੋਰ ਹੈ ਭੈਣ ਚੋਂ, ਲੁੱਟ ਕਛੁੱਟ ਵਾਲੇ ਇਕੱਠੇ ਹੋਏ ਹੋਏ ਸਾਰੇ। ਇਸ ਲਈ ਮੈਂ ਆਪਣੀ ਘਰ ਵਾਲੀ ਨੂੰ ਕਿਹਾ, ਕੁੜੀ ਨੂੰ ਕਿਹਾ ਵੀ ਜਾ ਕੇ ਤਾਂ ਧੰਨਵਾਦ ਅਸੀਂ ਕਰਨ ਆਏ ਹਾਂ, ਅਸੀਂ ਸਾਨੂੰ ਕੁਛ ਨਹੀਂ ਲੈਣਾ, ਹੈ ਨਾ। ਚਲੋ ਵੀ ਮਾਂ ਘਰ ਵਾਲੀਆਂ ਮੇਰੀਆਂ ਮਿੰਨਤਾਂ ਕਰੀਆਂ, ਕਹਿੰਦੀ ਰਹਿਣ ਦੇ ਤੈਨੂੰ ਕੀ ਲੋੜ ਹੈ, ਪਰ ਮੇਰਾ ਦਿਲ ਕੀਤਾ ਵੀ ਮੈਂ ਬੈਠਾ ਬੈਠਾ ਘਰ 'ਤੇ ਆਇਆ ਇਹੋ ਜਿਹੇ ਬੰਦਿਆਂ ਲਈ ਯਾਰ ਹੈਲਪ ਲਈ, ਇਹੋ ਜਿਹੇ ਲੋਕਾਂ ਨੂੰ ਨਿਕਲਣਾ ਚਾਹੀਦਾ ਸਾਨੂੰ ਆਮ ਬੰਦਿਆਂ ਨੂੰ। ਚੋਰ ਤਾਂ ਹੈਗੇ ਹੀ, ਅੰਗਰੇਜ਼ ਪਹਿਲਾਂ ਲੁੱਟਦੇ ਸੀ, ਹੁਣ ਹੋਰ ਅੰਗਰੇਜ਼ ਲੁੱਟ, ਉਹੋ ਜਿਹੇ ਹੀ ਹੋ ਰਿਹਾ। ਪਹਿਲਾਂ ਵੀ ਅਸੀਂ ਗੁਲਾਮ ਹੀ ਸੀਗੇ ਇਸ ਬੰਦੇ ਲਈ ਯਾਰ, ਜੇ ਕੱਲ੍ਹ ਨੂੰ ਇਹਦੇ 'ਤੇ ਆ ਚਾਹੁੰਦੀ, ਮੇਰਾ ਕੋਈ ਤਾਂ ਰਿਸ਼ਤਾ ਨਹੀਂ ਹੈ, ਪਰ ਮੇਰਾ ਦਿਲ ਕਹਿੰਦਾ ਮੇਰੇ ਨਿਆਣਿਆਂ ਨੂੰ ਜੋ ਮਰਜ਼ੀ ਹੋਵੇ ਮੈਂ ਇੱਕ ਵਾਰੀ ਜ਼ਰੂਰ ਇਸ ਬੰਦੇ ਲਈ ਮਰ ਜਾਂਗਾ ਬੰਦ।